हाँ जी, सत श्री अकाल जी। वेलकम टू अनदर वीडियो। अज दी वीडियो होगी ट्रक का ब्लॉग, है ना। आपां लास्ट वीक ही बनाया सीगा, सो अज फिर आपां ट्रकिंग ब्लॉग ही बनावांगे। तो नाल थोड़ी जी आपां गल करांगे बाइसन ट्रांसपोर्ट दे विच, जे तुसीं एप्लीकेशन करनी है एज अ कंपनी ड्राइवर और ईजर एज अ ओनर ऑपरेटर, तुसीं उह किद्दां कर सकदे आ। आपां सारा प्रोसैस भी अज डिस्कस करांगे वीडियो दे विच। सो प्लीज़ वीडियो नूं एंड तक देखियो, है ना। जे तुहानूं वीडियो वधिया लगी तां लाइक कर लिओ वीडियो नूं, ते शेयर कर लिओ किसे बंदे नाल जिहड़ा कि इस कंपनी विच कम करन दा इच्छुक होवे, है ना। मे बी किसे दी हैल्प हो जाए, बिकॉज बहुत लोग मतलब जिहड़े अपने बंदे हुंदे आ जिहड़े ड्राइवर नवें हुंदे, ओह उहनां दा इह थिंकिंग आ कि नवें बंदे नूं वड्डियां कंपनियां हायर नहीं करदियां। सो आपां इह क्वेश्चनां दे वी कुछ आंसर देवांगे कि तुहानूं किन्ना कु एक्सपीरियंस चाहीदा किसी डिसेंट कंपनी दे विच कम करन दे लई, ते तुसीं किहड़ियां किहड़ियां चीज़ां दा ध्यान रखणा, है ना, अपना जदों तुसीं एज अ न्यू ड्राइवर स्टार्ट करना, किहड़ियां चीज़ां ने जिन्हां जिहड़ियां तुसीं अवॉइड करनियां ने कि तां कि तुहाडा जिहड़ा सी वी आ ओह क्लीन रहे, है ना। सो आपां इहनूं अज वीडियो दे विच ही सारा कुछ डिस्कस करांगे, है ना। आ जाओ जी फिर। Thank you.
ਹਾਂਜੀ ਸੋ ਆਪਾਂ ਆ ਗਏ ਹਾਂ ਯਾਰਡ ਦੇ ਵਿੱਚ ਟਰੱਕ ਦੀ ਪੀਟੀ ਹੋ ਗਈ ਹੁਣ ਆਪਾਂ ਬਸ ਆਪਣਾ ਟ੍ਰੇਲਰ ਰੁੱਕ ਕਰਨ ਲੱਗੇ ਹਾਂ ਅਤੇ ਆਪਾਂ ਟ੍ਰੇਲਰ ਰੁੱਕ ਕਰਕੇ ਨਿਕਲਦੇ ਆਪਾਂ ਪਹਿਲਾਂ ਲੋੜਾ ਹੈਗਾ ਜੀ ਆਪਣਾ ਕੋਸਕੋ ਦਾ ਸੋ ਆਪਾਂ ਕੋਸਕੋ ਜਾਵਾਂਗੇ ਅਤੇ ਨਾਲ ਨਾਲ ਆਪਾਂ ਕੁਛ ਗੱਲਾਂ ਬਾਤਾਂ ਜਿਹੜੀਆਂ ਆਪਾਂ ਜਿੱਦਾਂ ਵੀਡੀਓ ਟਾਈਟਲ ਵਿੱਚ ਦੱਸਿਆ ਨਾ ਤਾਂ ਕਿੱਦਾਂ ਤੁਸੀਂ ਹਾਇਰ ਹੋ ਸਕਦੇ ਹੋ ਕਿਸੇ ਵੱਡੀ ਕੰਪਨੀ ਦੇ ਵਿੱਚ ਬੇਸਿਕਲੀ ਹੈ ਨਾ ਹਾਂਜੀ ਸਰ ਆਪਾਂ ਟ੍ਰੇਲਰ ਹੁੱਕ ਕਰ ਲਿਆ ਹੈ ਨਾ ਆਪਾਂ ਰੈਡੀ ਟੂ ਗੋ ਹਾਂ 3:30 ਹੋ ਗਿਆ ਹੈ ਨਾ ਅਤੇ ਆਪਾਂ 4 ਵਜੇ ਤੱਕ ਕੋਸਕੋ ਪਹੁੰਚਣਾ ਵਿਚ ਇਜ਼ ਲਾਈਕ ਆਪਣੇ ਕੋਈ ਇਨਫ ਟਾਈਮ ਹੈਗਾ ਥੋੜ੍ਹੀ ਧਿਆਨ ਇਹ 'ਚ ਹੀ ਰੱਖਣ ਦੀ ਲੋੜ ਹੈ ਨਾ ਆਪਾਂ ਨੂੰ ਆਪਾਂ ਕਾਹਲੀ ਕਦੇ ਨਹੀਂ ਕਰਨੀ ਹੈ ਨਾ ਜੇ ਕਿਸੇ ਜਗ੍ਹਾ 'ਤੇ ਤੁਹਾਨੂੰ ਲੱਗਦਾ ਵੀ ਅੱਧਾ ਘੰਟਾ ਲੱਗੇਗਾ ਤਾਂ ਐਟਲੀਸਟ 15 ਮਿੰਟ ਐਕਸਟਰਾ ਲੈ ਕੇ ਚੱਲੋ ਜੇ ਤਾਂ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਆਪਾਂ ਕਿਸੇ ਰੋਡ ਦੇ ਉੱਤੇ ਆਪਾਂ ਜੇ ਇੱਥੇ ਜਾਂਦੇ ਹਾਂ ਉੱਥੇ ਆਪਾਂ ਫੈਮਿਲੀਅਰ ਨਹੀਂ ਹੈਗੇ ਹੈ ਨਾ ਉੱਥੇ ਐਕਸਟਰਾ ਕੋਸ਼ਨ ਰੱਖਣ ਦੀ ਜ਼ਰੂਰਤ ਹੈ ਸਪੈਸ਼ਲੀ ਜਦੋਂ ਤੁਸੀਂ ਨਵੇਂ ਹੁੰਦੇ ਹਾਂ ਹੈ ਨਾ ਉਦੋਂ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਹੈ ਛੋਟੀਆਂ ਛੋਟੀਆਂ ਚੀਜ਼ਾਂ ਨੇ ਹੈ ਨਾ ਵੈਸੇ ਤਾਂ ਪਰਮਾਤਮਾ ਕਰੇ ਸਾਰਾ ਕੁਛ ਵਧੀਆ ਰਹੇ ਸਭ ਦਾ ਪਰ ਕਈ ਵਾਰੀ ਪ੍ਰੋਬਲਮਸ ਆਪਾਂ ਨੂੰ ਆ ਜਾਂਦੀਆਂ ਨੇਗੀਆਂ ਆਪਾਂ ਜਿਨ੍ਹਾਂ ਦੇ ਲਈ ਰੈਡੀ ਹੁੰਦੇ ਕੁਛ ਰੋਡਸ ਇੱਦਾਂ ਦੇ ਹੁੰਦੇ ਜਿਨ੍ਹਾਂ 'ਤੇ ਆਪਾਂ ਪਹਿਲਾਂ ਕਦੇ ਗਏ ਨਹੀਂ ਹੁੰਦੇ ਅਤੇ ਉਹ ਕੋਈ ਈਜ਼ੀ ਰੋਡ ਨਹੀਂ ਹੁੰਦੇ ਹੈਗੇ ਸੋ ਇਸੇ ਲਈ ਹਮੇਸ਼ਾ ਜ਼ਰੂਰੀ ਆ ਕਿ ਧਿਆਨ ਜ਼ਿਆਦਾ ਤੋਂ ਜ਼ਿਆਦਾ ਹੋਣਾ ਚਾਹੀਦਾ ਆਪਣਾ ਡਰਾਈਵਿੰਗ ਦੇ ਵਿੱਚ ਸਪੈਸ਼ਲੀ ਜਿਹੜੇ ਨਵੇਂ ਬਾਈ ਆਪਣੇ ਕਈ ਵਾਰੀ ਮੁੰਡੇ ਕੰਨਾਂ ਨੂੰ ਹੈੱਡਫੋਨ ਲਾ ਕੇ ਡਰਾਈਵ ਕਰਦੇ ਨੇ ਹੈ ਨਾ ਉਹ ਕਾਣਾ ਦੋਨੇ ਕੰਨਾਂ ਵਿੱਚੋਂ ਟੁੱਟੀ ਹੀ ਫਸਾ ਲੈਂਦੇ ਨੇ ਸੋਰੀ ਦੇਸੀ ਲੈਂਗੁਏਜ ਹੋ ਗਈ ਹੈ ਜ਼ਿਆਦਾ ਜਿਹੜੇ ਆਪਾਂ ਹੈੱਡਫੋਨਸ ਲਾ ਲੈਂਦੇ ਹਾਂ ਨਾ ਉਹ ਚੰਗੀ ਗੱਲ ਨਹੀਂ ਸਪੈਸ਼ਲੀ ਜੇ ਆਪਾਂ ਨਾ ਡਰਾਈਵ ਕਰ ਰਹੇ ਹਾਂਗੇ ਪੁਰਾਣੇ ਬੰਦੇ ਵੀ ਰਸਤੇ ਵੀ ਸੇਮ ਚੀਜ਼ ਹੀ ਹੈ ਨਾ ਭਾਵੇਂ ਕੋਈ ਵੀ ਜਿਵੇਂ ਮਰਜ਼ੀ ਜਿਹੜੇ ਪੁਰਾਣੇ ਵੀਰੇ ਚਲਾ ਰਹੇ ਨੇ ਉਹ ਐਗਰੀ ਕਰਨਗੇ ਇਸ ਚੀਜ਼ ਦੇ ਨਾਲ ਕਿ ਜ਼ਿਆਦਾ ਧਿਆਨ ਆਪਣਾ ਜਿਹੜੀ ਆਪਣੇ ਜਿਹੜੇ ਕੰਨਾਂ ਦੀ ਧਿਆਨ ਆ ਉਹ ਜ਼ਿਆਦਾ ਰੋਡ ਨੋਇਸ ਦੇ ਉੱਪਰ ਹੋਣਾ ਚਾਹੀਦਾ ਹੈ ਨਾ ਆਪਣੇ ਆਲੇ ਦੁਆਲੇ ਕਿਹੜੀ ਸਾਊਂਡ ਹੈ ਕੋਈ ਨੋਰਮਲ ਸਾਊਂਡ ਤਾਂ ਨਹੀਂ ਹੈਗੀ ਸੋ ਹਰ ਵਕਤ ਆਪਣਾ ਧਿਆਨ ਬਾਹਰ ਹੀ ਹੋਣਾ ਚਾਹੀਦਾ ਹੈ ਨਾ ਟਰੱਕ ਦੇ ਆਪਾਂ ਕੰਟੀਨਿਊਸਲੀ ਆਪਣੇ ਦੋਨੇ ਮਿਰਰ ਵਾਚ ਕਰਨੇ ਆ ਵੀ ਕੋਈ ਆਪਣਾ ਕੋਈ ਟਾਇਰ ਵਗੈਰਾ ਨਾ ਲੂਸ ਹੁੰਦਾ ਵੇ ਕਿਉਂਕਿ ਮਿਰਰ ਦੇ ਵਿੱਚ ਬਹੁਤ ਜਲਦੀ ਆਪਾਂ ਇਹ ਚੀਜ਼ਾਂ ਕੈਚ ਕਰ ਸਕਦੇ ਹਾਂ ਨਾ ਸੋ ਇਹ ਚੀਜ਼ਾਂ ਦਾ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਕਿਸੇ ਵੱਡੀ ਕੰਪਨੀ ਵਿੱਚ ਕੰਮ ਕਰ ਰਹੇ ਹਾਂ ਸੋ ਇੱਕ ਅੱਧੀ ਵਾਰ ਉਹ ਠੀਕ ਹੈ ਨਾ ਆਪਾਂ ਨੂੰ ਛੱਡ ਦਿੰਦੇ ਆ ਗਲਤੀ ਨੂੰ ਬਟ ਜਦੋਂ ਆਪਾਂ ਕਿਸੇ ਛੋਟੇ ਕੈਰੀਅਰ ਦੇ ਲਈ ਕਿਉਂਕਿ ਮੋਸਟਲੀ ਆਪਾਂ ਵਿਦਆਊਟ ਐਕਸਪੀਰੀਅੰਸ ਆਪਾਂ ਕਿਸੇ ਛੋਟੀ ਕੰਪਨੀ ਵਿੱਚ ਹੀ ਕੰਮ ਕਰਦੇ ਹਾਂ ਜਿਹੜੀਆਂ ਛੋਟੀਆਂ ਕੰਪਨੀਆਂ ਵਾਲੇ ਨੇ ਤੁਹਾਡੀਆਂ ਕੋਈ ਵੀ ਇਹ ਪ੍ਰੋਬਲਮ ਇੱਦਾਂ ਦੀ ਆ ਜਾਵੇ ਨਾ ਜਿਹਦਾ ਕੋਈ ਵੀ ਖਰਚਾ ਹੋਏਗਾ ਉਹ ਤੁਹਾਡੀ ਪੋਕਿਟ ਦੇ ਵਿੱਚੋਂ ਕੱਟਿਆ ਜਾਏਗਾ ਨਾ ਤੁਹਾਡੇ ਪੇ ਚੈੱਕ ਦੇ ਵਿੱਚੋਂ ਲੈ ਲੈਂਦੇ ਆ ਦੇ ਵਾਂਟ ਈਵਨ ਆਸਕ ਯੂ ਕੀ ਹੋਇਆ ਸੀ ਹੈ ਨਾ ਵਨਸ ਯੂ ਟੈਲ ਦੈਮ ਲਾਈਕ ਸਪੋਜ਼ ਮੇਰੇ ਨਾਲ ਹੋਇਆ ਸੀ ਜੋ ਮੈਨੂੰ ਨਹੀਂ ਪਤਾ ਸੀ ਟਾਇਰ ਲੋਕ ਹੋ ਜਾਂਦੇ ਵਿੰਟਰ ਦੇ ਵਿੱਚ ਚੈੱਕ ਕਰਨੇ ਹੁੰਦੇ ਹੈਗੇ ਮੈਂ ਨਵਾਂ ਸੀਗਾ ਬਟ ਉਹ ਜਿਹੜਾ ਸੀਗਾ ਟਾਇਰਾਂ ਦਾ ਖਰਚਾ ਮੇਰੇ ਪੇ ਚੈੱਕ ਦੇ ਵਿੱਚੋਂ ਗਿਆ ਸੀਗਾ ਸੋ ਇਹ ਚੀਜ਼ਾਂ ਦਾ ਧਿਆਨ ਆਪਾਂ ਨੂੰ ਰੱਖਣਾ ਜ਼ਰੂਰੀ ਹੈ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਨਾ ਜਿਹੜੀਆਂ ਐਡ ਅਪ ਹੁੰਦੀਆਂ ਨੇ ਅਤੇ ਆਪਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ ਨਾ ਚਲੋ ਚਲੋ ਆਪਾਂ ਅੱਗੇ ਹੁਣ ਆਪਾਂ ਚੱਲਦੇ ਹਾਂ ਕੋਸਕੋ ਫਿਰ ਆਪਾਂ ਹੋਰ ਗੱਲਬਾਤ ਉੱਥੇ ਅੱਗੇ ਕਰਦੇ ਹਾਂ ਸੋ ਜੀ ਆਪਾਂ ਆ ਗਏ ਹਾਂ ਕੋਸਕੋ 'ਚ ਅਤੇ ਪ੍ਰੋਡਕਟ ਦੇ ਆਉਂਦਾ ਗਾ ਅਤੇ ਹੁਣ ਆਪਾਂ ਨਾਲ ਲੱਗੇ ਹਾਂ ਜੀ ਡੋਰ ਨੰਬਰ 2 ਤੋਂ ਜਸਟ ਬੋਬਟੇਲ ਜਾਣਾ ਇੱਥੋਂ ਕਿਉਂਕਿ ਇੱਥੇ ਕੋਈ ਐਮਟੀ ਅਵੇਲੇਬਲ ਨਹੀਂ ਹੈਗਾ ਨਾ ਸੋ ਆਪਣਾ ਨੈਕਸਟ ਲੋਡ ਫਿਰ ਕੋਸਕੋ ਦਾ ਹੀ ਆ ਸੋ ਆਪਣੇ ਕੋਲ ਟਾਈਮ ਪੂਰਾ ਹੀ ਆ ਆਪਾਂ ਇਸ ਕਰਕੇ ਇੱਥੋਂ ਹੁਣ ਡਰੋਪ ਕਰਤਾ ਹੁਣ ਆਪਾਂ ਇੱਦਾਂ ਨਿਕਲ ਜਾਣਾ ਅਤੇ ਆਪਾਂ ਇੱਕ ਹੋਰ ਚੱਕ ਕੇ ਲੈ ਕੇ ਆਉਂਦੇ ਹਾਂ ਚਲੋ ਜੀ
ਹਾਂ ਜੀ ਸੋ ਆਪਾਂ ਹੁਣ ਕੋਸਕੋ ਚੱਲੇ ਹਾਂ ਦੁਬਾਰਾ ਇਹਨਾਂ ਲੋਡ ਕਰ ਲਿਆ ਆਪਾਂ ਸੋ ਇਹੋ ਕਰ ਲਿਆ ਨੈਕਸਟ ਟ੍ਰੇਲਰ ਆਪਾਂ ਗੱਲ ਕਰ ਰਹੇ ਸੀ ਜਿਹੜੀ ਉਹਨਾਂ ਪਿੱਛੇ ਵੀ ਨਵੇਂ ਡਰਾਈਵਰ ਜਿਹੜੀਆਂ ਗਲਤੀਆਂ ਕਰਦੇ ਨੇ ਹਨਾ ਇਹ ਗੱਲਾਂ ਕਰਨੀਆਂ ਤਾਂ ਜ਼ਰੂਰੀ ਨੇਗੀਆਂ ਵੈਸੇ ਮੈਂ ਕੋਈ ਬਾਹਲਾ ਸਿਆਣਾ ਨਹੀਂ ਪਰ ਮੈਂ ਜਿੰਨਾ ਕੁ ਮੈਨੂੰ ਪਤਾ ਨਾ ਮੈਂ ਉਹ ਚੀਜ਼ ਜ਼ਰੂਰ ਸ਼ੇਅਰ ਕਰਦਾ ਸਾਰਿਆਂ ਨਾਲ ਇਹ ਚੀਜ਼ਾਂ ਤਾਂ ਜ਼ਰੂਰੀ ਨੇ ਕਿਉਂਕਿ ਕਿਸੇ ਵੀ ਤੁਸੀਂ ਵੱਡੇ ਕੈਰੀਅਰ ਨਾਲ ਕੰਮ ਕਰਨਾ ਹਨਾ ਈਵਨ ਕਿ ਐਜ਼ ਅ ਤੁਸੀਂ ਐਜ਼ ਇਟ ਡਜ਼ਨਟ ਮੈਟਰ ਓਨਰ ਪੈਟਰੋਲ ਜਾਂ ਕੰਪਨੀ ਡਰਾਈਵਰ ਐਜ਼ ਅ ਤੁਸੀਂ ਕੰਮ ਕਰ ਰਹੇ ਹੋ ਉਹਦੀ ਪਹਿਲੀ ਰਿਕੁਆਇਰਮੈਂਟ ਇਹੀ ਹੈ ਕਿ ਤੁਹਾਡਾ ਜਿਹੜਾ ਸੀ ਵੀ ਆਰ ਹੈ ਨਾ ਉਹ ਕਲੀਨ ਹੋਣਾ ਚਾਹੀਦਾ ਜੇ ਤੁਹਾਡੇ ਰੈਕਡ ਦੇ ਉੱਪਰ ਸਪੀਡਿੰਗ ਟਿਕਟਸ ਨੇ ਫੀਲਡ ਇੰਸਪੈਕਸ਼ਨਸ ਨੇ ਜਿਹਦੇ ਵਿੱਚ ਮਲਟੀਪਲ ਇਹੋ ਜਿਹੀਆਂ ਆਈਟਮਸ ਨੇ ਜਿਹੜੀਆਂ ਸਿਰਫ ਇੱਕ ਤੁਹਾਡੀ ਤੁਸੀਂ ਇਗਨੋਰ ਕਰਤੀ ਕੋਈ ਚੀਜ਼ ਉਹਦੇ ਕਰਕੇ ਉਸ ਇੰਸਪੈਕਸ਼ਨ ਦੇ ਵਿੱਚ ਇੰਸਪੈਕਟਰ ਨੇ ਕੈਚ ਕਰ ਲਈ ਅਤੇ ਤੁਹਾਡੀ ਕਿਉਂਕਿ ਜਿਹੜੀ ਵੀ ਇੰਸਪੈਕਸ਼ਨ ਦੇ ਥਰੂ ਤੁਸੀਂ ਜਾਓਗੇ ਇੰਸਪੈਕਸ਼ਨ ਤੁਹਾਡੇ ਰੈਕਡ ਦੇ ਉੱਪਰ ਸ਼ੋ ਹੁੰਦੀ ਹੈ ਸੋ ਸਭ ਤੋਂ ਵੱਡੀ ਜ਼ਰੂਰੀ ਚੀਜ਼ ਇਹੀ ਹੈ ਕਿ ਆਪਣਾ ਰੈਕਡ ਕਲੀਨ ਰੱਖਣਾ ਉਹਨਾਂ 'ਤੇ ਰੈਕਡ ਕਲੀਨ ਤਾਂ ਹੀ ਰਹਿ ਸਕਦਾ ਜੇ ਆਪਾਂ ਜਿਹੜੀਆਂ ਗਲਤੀਆਂ ਦੀ ਗੱਲ ਕੀਤੀ ਹੈ ਉਹ ਆਪਾਂ ਗਲਤੀਆਂ ਨਾ ਕਰੀਏ ਹੈ ਨਾ ਇਹ ਗਲਤੀਆਂ ਤੋਂ ਆਪਾਂ ਉਹਨੂੰ ਬਚਣ ਦੀ ਬਹੁਤ ਲੋੜ ਹੈ ਨਾ ਕਿਉਂਕਿ ਇਨੀਸ਼ੀਅਲੀ ਹੀ ਜ਼ਿਆਦਾ ਗਲਤੀਆਂ ਹੁੰਦੀਆਂ ਨੇ ਆਪਣੇ ਤੋਂ ਵਿਦ ਐਕਸਪੀਰੀਅੰਸ ਆਪਾਂ ਵਧੀਆ ਹੁੰਦੇ ਜਾਂਦੇ ਹਾਂ ਨਾ ਕਿਉਂਕਿ ਆਪਾਂ ਨੂੰ ਬਹੁਤ ਚੀਜ਼ਾਂ ਦਾ ਪਤਾ ਲੱਗ ਜਾਂਦਾ ਜੋ ਆਪਾਂ ਨੂੰ ਐਜ਼ ਅ ਨਿਊ ਡਰਾਈਵਰ ਨਹੀਂ ਪਤਾ ਹੁੰਦਾ ਸੋ ਇਹ ਗਲਤੀਆਂ ਆਪਾਂ ਨਹੀਂ ਕਰਨੀਆਂ ਹੈ ਨਾ ਜਾਂ ਜੇ ਗਲਤੀ ਹੋ ਜਾਵੇ ਤਾਂ ਆਪਾਂ ਇਹ ਚੀਜ਼ ਤੋਂ ਸਿੱਖਣਾ ਨਾ ਕਿਉਂਕਿ ਆਪਾਂ ਪੰਜਾਬੀ 'ਚ ਵੈਸੇ ਵੀ ਕਹਿੰਦੇ ਸਿਆਣਾ ਬੰਦਾ ਉਹ ਨਹੀਂ ਹੈਗਾ ਜਿਹੜਾ ਗਲਤੀਆਂ ਨਹੀਂ ਕਰਦਾ ਸਿਆਣਾ ਬੰਦਾ ਉਹ ਹੈ ਜਿਹੜਾ ਆਪਦੀਆਂ ਗਲਤੀਆਂ ਤੋਂ ਸਿੱਖ ਲੈਂਦਾ ਅਤੇ ਗਲਤੀ ਦੁਬਾਰੇ ਕਦੇ ਨਹੀਂ ਦੁਹਰਾਉਂਦਾ ਹੈ ਨਾ ਆਪਾਂ ਨੂੰ ਹਮੇਸ਼ਾ ਆਪਣੀ ਗਲਤੀਆਂ ਤੋਂ ਸਿੱਖਣਾ ਚਾਹੀਦਾ ਆਪਾਂ ਸਾਰੇ ਗਲਤੀਆਂ ਕਰਦੇ ਹਾਂ ਇਹ ਚੀਜ਼ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਸੋ ਆਪਾਂ ਆਪਦੀਆਂ ਗਲਤੀਆਂ ਤੋਂ ਲੈਸਨ ਲੈਣਾ ਅਤੇ ਉਹ ਲੈਸਨ ਨੂੰ ਆਪਾਂ ਆਪਣਾ ਲਾਈਫ ਦੇ ਵਿੱਚ ਡਜ਼ਨ ਮੈਟਰ ਤੋਂ ਆਪਾਂ ਹੁਣ ਪ੍ਰੋਫੈਸ਼ਨਲ ਦੀ ਗੱਲ ਕਰ ਰਹੇ ਹਾਂ ਜਾਂ ਆਪਣੀ ਵੈਸੇ ਪਰਸਨਲ ਲਾਈਫ ਦੇ ਵਿੱਚ ਵੀ ਆਪਾਂ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਉਹ ਗਲਤੀਆਂ ਤੋਂ ਜਿਹੜੇ ਆਪਾਂ ਲੈਸਨ ਮਿਲਦੇ ਹਾਂ ਆਪਾਂ ਆਪਣੀ ਲਾਈਫ 'ਚ ਇੰਪਲੀਮੈਂਟ ਕਰਦੇ ਹਾਂ ਅਤੇ ਆਪਣੀ ਕੰਮ ਦੀਆਂ ਗਲਤੀਆਂ ਤੋਂ ਆਪਾਂ ਵਧੀਆ ਪ੍ਰੋਫੈਸ਼ਨਲ ਬਣ ਸਕਦੇ ਹਾਂ ਸੋ ਇਹੀ ਹੈ ਜੀ ਹੁਣ ਆਪਾਂ ਅੱਗੇ ਜਾ ਕੇ ਆਪਾਂ ਫਿਰ ਗੱਲ ਕਰਾਂਗੇ ਹੈ ਨਾ ਤਾਂ ਆਪਾਂ ਹੁਣ ਚੱਲਦੇ ਹਾਂ ਕੋਸਕੋ ਨੂੰ ਅਤੇ ਆ ਜਾਓ ਹਾਂਜੀ ਸੋ ਆਪਾਂ ਕੋਸਕੋ ਸੀਗੇ ਨਾ ਹੁਣ ਬਟ ਇੱਥੇ ਆਪਾਂ ਨੂੰ ਵੇਟਿੰਗ ਪੈ ਰਹੀ ਆ ਪਿੱਛੇ ਤੁਸੀਂ ਦੇਖ ਲਓ ਟਰੱਕ ਆਪਣਾ ਟ੍ਰੇਲਰ ਮੈਂ ਲੈ ਕੇ ਆਇਆ ਸੀ ਉਹ ਵਾਲਾ ਨਾ 9200 ਸੋ ਡੋਰ ਨੰਬਰ 1 'ਤੇ ਹੈ ਨਾ ਸੋ ਨੈਕਸਟ ਜਿਹੜਾ ਮੇਰੇ ਪਿੱਛੇ ਟ੍ਰੇਲਰ ਹੈਗਾ ਜਿਹੜਾ ਆਹ ਵਾਲਾ ਤੁਸੀਂ ਦੇਖ ਰਹੇ ਹੋ ਆਹ ਇਹ ਮੈਂ ਲੈ ਕੇ ਆਇਆ ਸੀਗਾ ਹੁਣ ਆਪਾਂ ਇਹਦੀ ਵੇਟ ਕਰ ਰਹੇ ਹਾਂ ਇਹ ਐਮਟੀ ਹੋਊਗਾ ਅਤੇ ਆਪਾਂ ਇਹਨੂੰ ਲੈ ਕੇ ਜਾਣਾ ਸੋ ਡਿਸਪੈਚ ਨੂੰ ਮੈਂ ਅਪਡੇਟ ਕੀਤੀ ਸੀ ਨਾ ਅਤੇ ਡਿਸਪੈਚ ਵਾਲੇ ਕਹਿੰਦੇ ਵੀ ਤੁਸੀਂ ਇੱਥੇ ਵੇਟ ਕਰ ਲਓ ਹੈ ਨਾ ਇੱਕ ਘੰਟੇ ਦੀ ਵੇਟਿੰਗ ਕਹਿ ਰਿਹਾ ਵੀ ਅਪਰੋਕਸੀਮੇਟਲੀ ਹੈਗੀ ਆ ਅਰਾਊਂਡ 9 ਵੱਜ ਜਾਣੇ ਆ ਸੋ ਮੈਂ ਸੋਚਿਆ ਵੀ ਚਲੋ ਆਪਾਂ ਟਾਈਮ ਯੂਟੀਲਾਈਜ਼ ਕਰਦੇ ਹਾਂ ਸੋ ਆਪਾਂ ਇੱਥੇ ਵੇਟ ਕਰ ਰਹੇ ਹਾਂ ਹੁਣ ਸੋ ਅੱਗੇ ਆਪਾਂ ਕੰਟੀਨਿਊ ਕਰਦੇ ਹਾਂ ਆਪਣਾ ਸਬਜੈਕਟ ਜਿਹੜਾ ਚੱਲ ਰਿਹਾ ਸੀਗਾ ਸੋ ਬਾਈਜ਼ਨ ਜਿੱਦਾਂ ਇਹਦੇ ਵਿੱਚ ਰਿਕੁਆਇਰਮੈਂਟਸ ਕੀ ਨੇ ਹੈ ਨਾ ਬਾਈਜ਼ਨ ਦੀ ਆਪਾਂ ਥੋੜ੍ਹੀਆਂ ਡਿਸਕਸ ਕਰ ਲੈਂਦੇ ਹਾਂ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਕਿਹਾ ਵੀ ਇੱਕ ਕਲੀਨ ਸੀਵੀ ਜ਼ਰੂਰੀ ਆ ਹੈ ਨਾ ਆਪਣੇ ਕਿਸੇ ਵੀ ਵਧੀਆ ਕੰਪਨੀ ਵਿੱਚ ਤੁਸੀਂ ਹਾਇਰ ਹੋਣਾ ਤਾਂ ਤੁਹਾਨੂੰ ਇੱਕ ਕਲੀਨ ਸੀਵੀ ਹੋਣਾ ਤੁਹਾਡੇ ਕੋਲ CVR ਉਹ ਜ਼ਰੂਰੀ ਹੈ ਸੋ ਬਾਈਜ਼ਨ ਦੀ ਰਿਕੁਆਇਰਮੈਂਟ ਹੈ ਜੀ ਨੋ ਮੂਵਿੰਗ ਵਾਇਲੇਸ਼ਨ ਵਿਦ ਇਨ ਲਾਸਟ 12 ਮੰਥ ਹੀ ਕਹਿੰਦੇ ਨੇ ਨਾ ਇਹ 12 ਮਹੀਨੇ ਦੇ ਵਿੱਚ ਕੋਈ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ ਤੁਹਾਡੀ ਮਤਲਬ 1 ਸਾਲ ਦੀ ਵਾਇਲੇਸ਼ਨ ਕੋਈ ਨਾ ਹੋਵੇ ਅਤੇ ਤੁਹਾਡੀ ਕੋਈ ਅਨਸੇਫ ਮਤਲਬ ਫੇਲਡ ਇੰਸਪੈਕਸ਼ਨ ਨਹੀਂ ਹੋਣੀ ਚਾਹੀਦੀ ਹੈ ਨਾ ਤੁਹਾਡੇ CVR 'ਤੇ ਫੇਲਡ ਇੰਸਪੈਕਸ਼ਨ ਨਹੀਂ ਚਾਹੀਦੀ ਹੈਗੀ ਤੁਹਾਡੇ ਰੈਕਡ ਦੇ ਉੱਪਰ ਨੈਕਸਟ ਡਰਾਈਵਿੰਗ ਐਕਸਪੀਰੀਅੰਸ ਨਾ ਜਿਹੜੀ ਕਿ ਮੇਨ ਗੱਲ ਹੈ ਡਰਾਈਵਿੰਗ ਐਕਸਪੀਰੀਅੰਸ ਡਿਪੈਂਡਿੰਗ ਔਨ ਦਾ ਸਿਚੁਏਸ਼ਨ ਜਾਂ ਡਿਪੈਂਡਿੰਗ ਔਨ ਦਾ ਪੋਜੀਸ਼ਨ ਜਿਹੜੀ ਤੁਸੀਂ ਅਪਲਾਈ ਕਰਦੇ ਹੋ ਉਹ ਵੈਰੀ ਕਰ ਜਾਂਦੀ ਆ ਬਾਈਜ਼ ਅ ਨਿਊ ਡਰਾਈਵਰ ਵੀ ਹਾਇਰ ਕਰਦੀ ਹੈ ਈਵਨ ਆਊਟ ਆਫ ਸਕੂਲ ਵੀ ਹਾਇਰ ਕਰ ਦਿੰਦੇ ਨੇ ਤੁਸੀਂ ਬਿਲਕੁਲ ਬ੍ਰੈਂਡ ਨਿਊ ਆ ਰਹੇ ਹੋ ਸਕੂਲ ਤੋਂ ਅਤੇ ਉਦੋਂ ਵੀ ਤੁਹਾਨੂੰ ਹਾਇਰ ਕਰ ਲੈਂਦੇ ਆ ਇਹ ਉਹਦਾ ਇਹਨਾਂ ਦੇ ਲਈ ਕੋਈ ਇਸ਼ੂ ਨਹੀਂ ਹੈਗਾ ਹੈ ਨਾ ਉਦੋਂ ਹਾਇਰ ਕਰ ਲੈਂਦੇ ਨੇ ਇਹਨਾਂ ਦਾ ਇੱਕ ਡਰਾਈਵਰ ਫਿਨਿਸ਼ਿੰਗ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਹੈ ਨਾ ਅਤੇ ਡਿਪੈਂਡਿੰਗ ਔਨ ਦੀ ਅਵੇਲੇਬਿਲਟੀ ਆਫ ਇੰਸਟਰਕਟਰ ਉਹ ਤੁਹਾਨੂੰ ਹਾਇਰ ਕਰਦੇ ਨੇਗੇ ਈਵਨ ਬਾਹਰੋਂ ਵੀ ਡਰਾਈਵਰ ਮੰਗਵਾਉਂਦੇ ਨੇ ਹੈ ਨਾ ਪ੍ਰੋਵਿੰਸ਼ਨ ਨੋਮੀਨੀ ਦੇ ਥਰੂ
ਸੋ ਬਹੁਤ ਵਾਈਡ ਹੈਗੀ ਆ ਓਪਰਚੁਨਿਟੀ ਇੱਥੇ ਹੈ ਨਾ ਵੀ ਤੁਸੀਂ ਕੁਛ ਮਤਲਬ ਡਿਪੈਂਡਿੰਗ ਔਨ ਸਿਚੁਏਸ਼ਨ ਹੈ ਨਾ ਵੀ ਇੱਦਾਂ ਕਹਾਂਗੇ ਕਈ ਵਾਰੀ ਜੇ ਅਤੇ ਹਾਇਰਿੰਗ ਟਾਈਮ ਵੀ ਡਿਪੈਂਡ ਕਰਦਾ ਹੈ ਨਾ ਤੁਹਾਡੇ ਉਹਦੇ ਉੱਪਰ ਇਹਨਾਂ ਦੀ ਇਹਨਾਂ ਨੂੰ ਰਿਕੁਆਇਰਮੈਂਟ ਡਰਾਈਵਰ ਦੀ ਕਿੰਨੀ ਹੈ ਨਾ ਜੇ ਤਾਂ ਇਮੀਡੀਏਟ ਨੀਡ ਹੈਗੀ ਆ ਦੈਨ ਤਾਂ ਇਹ ਮਹੀਨੇ ਦੇ ਵਿੱਚ ਵੀ ਬੰਦੇ ਨੂੰ ਹਾਇਰ ਕਰ ਲੈਂਦੇ ਆ ਪਰ ਜਦੋਂ ਇਹਨਾਂ ਨੂੰ ਮਤਲਬ ਕੋਈ ਰਸ਼ ਨਹੀਂ ਹੁੰਦਾ ਅਤੇ ਮੈਂ ਸੁਣਿਆ ਵੀ ਤਿੰਨ ਮਹੀਨੇ ਵੀ ਤੁਹਾਨੂੰ ਕਾਲ ਨਹੀਂ ਕਰਦੇ ਹੈ ਨਾ ਤਿੰਨ ਮਹੀਨੇ ਬਾਅਦ ਕਾਲ ਕਰਦੇ ਹੈਗੇ ਉਸ ਡਿਪੈਂਡ ਕਰਦਾ ਹੁੰਦਾ ਹੈ ਨਾ ਵੀ ਡਰਾਈਵਰ ਸ਼ੋਰਟੇਜ ਕਿੰਨੀ ਹੈ ਬਾਕੀ ਤੁਹਾਨੂੰ ਇੰਨਾ ਕੋਈ ਬਾਹਲਾ ਇਸ਼ੂ ਨਹੀਂ ਕਿ ਡਰਾਈਵਿੰਗ ਟੈਸਟ ਜ਼ਰੂਰ ਲੈਂਦੇ ਆਏ ਹੈ ਨਾ ਬਿਫੋਰ ਹਾਇਰਿੰਗ ਤੁਹਾਨੂੰ ਤੁਹਾਡਾ ਰੂਟ ਟੈਸਟ ਹੁੰਦਾ ਅਤੇ ਪ੍ਰੀ ਟ੍ਰਿਪ ਇੰਸਪੈਕਸ਼ਨ ਤੁਹਾਡੀ ਚੈੱਕ ਤੁਹਾਤੋਂ ਕਰਵਾਉਂਦੇ ਨੇ ਉਹ ਸੋ ਉਹਦੇ ਲਈ ਬੀ ਪ੍ਰਪੇਅਰਡ ਹੈ ਨਾ ਕਿਉਂਕਿ ਉਹ ਥੋੜ੍ਹਾ ਈਜ਼ੀ ਹੋ ਜਾਂਦਾ ਉਦੋਂ ਜੋ ਤੁਸੀਂ ਨਾ ਜਾਂ ਤਾਂ ਨਵੇਂ ਸਕੂਲ ਤੋਂ ਆ ਰਹੇ ਹੋ ਤੁਹਾਡੇ ਕੋਲ ਰਿਕੁਆਇਰਮੈਂਟ ਤੁਹਾਨੂੰ ਯਾਦ ਹੁੰਦੀ ਹੈ ਨਾ ਸਾਰੀ ਪ੍ਰੀ ਟ੍ਰਿਪ ਕਿੱਦਾਂ ਕਰਨੀ ਹੈ ਸੋ ਉਹ ਬੈਸਟ ਟਾਈਮ ਹੈ ਅਪਲਾਈ ਕਰਨ ਦਾ ਹੋਰ ਵੀ ਲਓ ਚਲੋ ਬਹੁਤ ਵਧੀਆ ਕੰਪਨੀਜ਼ ਹੈਗੀਆਂ ਨਾ ਜਿੱਦਾਂ ਕਿ ਡੇ ਐਂਡ ਰੋਸ ਟ੍ਰਾਂਸਐਕਸ ਇਹ ਵਧੀਆ ਕੰਪਨੀਆਂ ਨੇ ਸਾਰੀਆਂ ਇਹਨਾਂ ਦੇ ਵਿੱਚ ਵੀ ਪ੍ਰੋਪਰ ਪ੍ਰੋਟੋਕੋਲ ਨੂੰ ਫੋਲੋ ਕੀਤਾ ਜਾਂਦਾ ਜਦੋਂ ਆਪਾਂ ਸਮਾਲ ਮਿਡ ਸਮਾਲ ਕੈਰੀਅਰ ਨੇ ਜੇ ਛੋਟੇ ਨੇ ਉਹਨਾਂ ਦੇ ਵਿੱਚ ਅਪਲਾਈ ਕਰਦੇ ਹਾਂਗੇ ਮਤਲਬ ਉਹਨਾਂ ਦੇ ਨਾਲ ਤੁਸੀਂ ਕੰਮ ਕਰਦੇ ਹੋ ਅਤੇ ਕਾਫੀ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਮਾਇੰਡ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਬਿਕੋਜ਼ ਉਹਦੇ ਵਿੱਚ ਇਹ ਬਾਲਾ ਬੋਦਰ ਨਹੀਂ ਕਰਦੇ ਹੈਗੇ ਹੈ ਨਾ ਚੀਜ਼ਾਂ ਨੂੰ ਸੋ ਮੇਕ ਸ਼ੋਰ ਕਿ ਤੁਹਾਡੀ ਪ੍ਰੀ ਟ੍ਰਿਪ ਤੁਹਾਨੂੰ ਸਹੀ ਕਰਨੀ ਆਉਂਦੀ ਹੈਗੀ ਅਤੇ ਰੂਟ ਟੈਸਟ ਤੁਸੀਂ ਕਲੀਅਰ ਕਰਨਾ ਉਸ ਤੋਂ ਬਾਅਦ ਤੁਹਾਡੀ ਇਹ ਓਰੀਐਂਟੇਸ਼ਨ ਕਰਦੇ ਨੇ ਹੈ ਨਾ ਉਹ ਤੁਹਾਡੀ ਵਿਨੀਪੈਗੀ ਹੁੰਦੀ ਹੈ ਜਾਂ ਨੀਅਰੈਸਟ ਜਿਹੜਾ ਵੱਡਾ ਟਰਮੀਨਲ ਜਿੱਦਾਂ ਕਈਆਂ ਦੀ ਕੈਲਗਰੀ ਹੁੰਦੀ ਹੈ ਮੇਰੀ ਵਿਨੀਪੈਗ ਹੋਈ ਸੀਗੀ ਇੱਕ ਵੀਕ ਦੀ ਓਰੀਐਂਟੇਸ਼ਨ ਪਲੱਸ ਟ੍ਰੇਨਿੰਗ ਸੀਗੀ ਜਿਹੜੀ ਕਿ ਆਈ ਥਿੰਕ ਜਿਹੜੀ ਓਰੀਐਂਟੇਸ਼ਨ ਹੈ ਉਹ ਪੇ ਕਰਦੇ ਆ ਓਰੀਐਂਟੇਸ਼ਨ ਪੇ ਕਰਦੇ ਆ ਅਤੇ ਟ੍ਰੇਨਿੰਗ ਆ ਜਿਹੜੀ ਉਹ ਆਈ ਥਿੰਕ $100 ਪਰ ਡੇ ਦੇ ਕੈਪ ਹੁੰਦੀ ਹੈ ਨਾ $100 ਮੈਕਸੀਮਮ ਪੇ ਕਰਦੇ ਆ ਇੱਕ ਦਿਨ ਦਾ ਅਤੇ ਇਹ ਜੇ ਅਪਲਾਈ ਕਰਨਾ ਹੈਗਾ ਅਪਲਾਈ ਤੁਸੀਂ ਕਰ ਸਕਦੇ ਹੋ ਮੈਂ ਨੀਚੇ ਲਿੰਕ ਵੀ ਮੈਨਸ਼ਨ ਕਰ ਦਿੰਦਾ bisondriving.com ਦੇ ਉੱਪਰ ਜਾ ਕੇ ਨਾ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਦੇ ਵਿੱਚ ਕੈਰੀਅਰ ਸਰਚ ਕਰਨਾ ਆਪਾਂ ਤੁਸੀਂ ਲੌਂਗ ਹੌਲ ਸ਼ੋਰਟ ਹੌਲ ਕਾਫੀ ਡਿਫਰੈਂਟ ਟਾਈਪਸ ਆਫ ਪੁਜੀਸ਼ਨ ਅਵੇਲੇਬਲ ਹੁੰਦੀਆਂ ਨੇਗੀਆਂ ਐਲ ਸੀ ਵੀ ਦਾ ਜੇ ਆਪਣੇ ਕੋਲ ਐਕਸਪੀਰੀਅੰਸ ਹੈਗਾ ਪੁਰਾਣਾ ਤਾਂ ਵੀ ਚੱਲ ਜਾਂਦੀ ਹੈ ਗੱਡੀ ਕਿਉਂਕਿ ਐਲ ਸੀ ਵੀ ਦਾ ਆਈ ਥਿੰਕ 6 ਮੰਥ ਦਾ ਵਿੰਟਰ ਐਕਸਪੀਰੀਅੰਸ ਭਾਲਦੇ ਆ ਇਹ ਜੇ ਤੁਸੀਂ ਐਲ ਸੀ ਵੀ ਚਲਾਉਣੇ ਰਾਈਟ ਨਾ ਉਹ ਐਲ ਸੀ ਵੀ ਦੀਆਂ ਬਹੁਤ ਪੁਜੀਸ਼ਨਸ ਖਾਲੀ ਪਈਆਂ ਨੇਗੀਆਂ ਰਜਾਇਨਾ ਟਰਮੀਨਲ ਦੇ ਉੱਪਰੋਂ ਮੈਨੂੰ ਲੱਗਦਾ ਨਹੀਂ ਆਪਣੀ ਕੋਈ ਵੀਡੀਓ ਰਜਾਇਨਾ ਤੋਂ ਦੇਖਦੇ ਹੈਗੇ ਪਰ ਜੇ ਕੋਈ ਦੇਖਦਾ ਅਤੇ ਜੁਆਇਨ ਕਰਨਾ ਚਾਹੁੰਦਾ ਉਹ ਅਪਲਾਈ ਕਰ ਸਕਦਾ ਹੈ ਨਾ ਪੇ ਰੇਟ ਦੀ ਆਪਾਂ ਗੱਲ ਕਰ ਲੈਂਦੇ ਹਾਂ ਅੱਗੇ ਜਿਹੜੀ ਪੇ ਰੇਟ ਹੈ ਬਾਈਸਨ ਦਾ ਐਜ਼ ਕੰਪੇਅਰ ਟੂ ਆਈਟਸ ਆਊਟਸਾਈਡ ਜਿਹੜੀਆਂ ਕੰਪਨੀਜ਼ ਹੈਗੀਆਂ ਥੋੜ੍ਹਾ ਘੱਟ ਹੈ ਹੈ ਨਾ ਮੈਂ ਆਪਾਂ ਟੂ ਵੀ ਓਨੈਸਟ ਨਾ ਆਪਾਂ ਬੋਲੀਏ ਉਹ ਥੋੜ੍ਹਾ ਘੱਟ ਹੈ ਬਟ ਸਟਿਲ ਉਹ ਵਰਕਆਊਟ ਬਹੁਤ ਵਧੀਆ ਕਰ ਜਾਂਦਾ ਕਿਉਂਕਿ ਜੇ ਬਾਈਜ਼ਨ ਬਹੁਤ ਚੀਜ਼ਾਂ ਅਜਿਹੀਆਂ ਪੇ ਕਰਦੀ ਹੈ ਜਿਹੜੀ ਕੋਈ ਨੋਰਮਲ ਕੰਪਨੀ ਨਹੀਂ ਪੇ ਕਰਦੀ ਹੈ ਨਾ ਜਿੱਦਾਂ ਕਿ ਆਵਰਲੀ ਵੇਟਿੰਗ ਡਿਲੀਵਰੀ ਪਰ ਡਿਲੀਵਰੀ ਚਾਰਜਿਸ ਇਹ ਸਾਰਾ ਕੁਛ ਬਾਈਜ਼ਨ ਤੁਹਾਨੂੰ ਪੇ ਕਰਦੀ ਹੈਗੀ ਇਸ ਮੁੱਦੇ ਮਾਮਲੇ ਦੇ ਵਿੱਚ ਬਾਈਜ਼ਨ ਮਤਲਬ ਬਾਕੀ ਕੰਪਨੀਜ਼ ਤੋਂ ਬੈਟਰ ਲੱਗੀ ਆ ਮੈਨੂੰ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰਦੇ ਹਾਂ ਨਾ ਦੇਖਦੇ ਹਾਂ ਜੇ ਆਪਾਂ ਹੋਰ ਕੰਪਨੀਜ਼ ਨਾਲ ਕੰਪੇਅਰ ਕਰੀਏ ਜੇ ਮੇਰਾ ਮੰਨਣਾ ਤਾਂ ਇਹੀ ਹੈ ਅਤੇ ਜਿੰਨਾ ਕੁ ਮਤਲਬ ਤੁਸੀਂ ਮੇ ਬੀ ਕਿਸੇ ਦਾ $500 ਵੱਧ ਬਣਦਾ ਹੋਵੇ ਬਟ ਜੋ ਇੱਕ ਪਰਕਸ ਨੇ ਨਾ ਵੱਡੀ ਕੰਪਨੀ ਦੇ ਵਿੱਚ ਕੰਮ ਕਰਨ ਦੇ ਉਹ ਆਪਣੇ ਹੀ ਨੇ ਹੈ ਨਾ ਜਿੱਦਾਂ ਕਿ ਤੁਸੀਂ US ਵਗੈਰਾ ਨੂੰ USA ਨੂੰ ਕੰਮ ਕਰਦੇ ਹੋ ਅਤੇ ਬਹੁਤ ਰੇਅਰ ਹੈ ਕਿ ਤੁਹਾਨੂੰ ਇੰਸਪੈਕਸ਼ਨ ਦੇ ਲਈ ਖੁੱਲ੍ਹ ਕੀਤਾ ਜਾਂਦਾ ਬਾਈਜ਼ਨ ਦੇ ਵਿੱਚ ਕੰਮ ਕਰਨ ਦੇ ਆਪਣੇ ਪਰਕਸ ਹੈਗੇ ਨੇ ਹੈ ਨਾ ਜਿੱਦਾਂ ਕਿ ਮੈਂ ਜਿੱਦਾਂ US ਨੂੰ ਪਹਿਲਾਂ ਕੰਮ ਕਰਦਾ ਹੁੰਦਾ ਸੀਗਾ ਮੈਂ ਮੋਰ ਦੈਨ ਈਅਰ ਹੈ ਨਾ US ਨੂੰ ਡਰਾਈਵ ਕੀਤਾ ਸੀ ਬਾਈਜ਼ਨ ਦੇ ਨਾਲ ਅਤੇ ਮੈਨੂੰ ਕਦੇ ਇੰਸਪੈਕਸ਼ਨ ਦੇ ਲਈ ਇੱਕ ਵਾਰ ਪੁੱਲ ਕੀਤਾ ਹੈ ਨਾ ਇੰਸਪੈਕਸ਼ਨ ਵੀ ਕਾਹਦੀ ਸੀ ਸਜੈਸਟ ਫੋਰ ਆਈ ਥਿੰਕ level 3 ਕਹਿੰਦੇ ਆ ਉਹਨੂੰ ਹੈ ਨਾ ਜਸਟ ਪੇਪਰ ਵਰਕ ਜਿਹਦੇ ਵਿੱਚ ਚੈੱਕ ਕਰਦੇ ਆ ਸਿਰਫ ਉਹਨਾਂ ਨੇ ਉਹ ਚੈੱਕ ਕੀਤਾ ਅਤੇ ਮੈਨੂੰ ਕਹਿੰਦੇ ਗੁੱਡ ਟੂ ਗੋਆ ਹੈ ਨਾ ਤੁਸੀਂ ਜਾ ਸਕਦੇ ਹੋ
ਅਤੇ ਮੈਨੂੰ ਕਦੇ ਸਕੇਲ 'ਤੇ ਨਹੀਂ ਕੋਈ ਪ੍ਰੋਬਲਮ ਆਈ, ਮੈਨੂੰ ਈਵਨ ਕਦੇ ਸ਼ਿਪਰ ਰਿਸੀਵਰ 'ਤੇ ਵੀ ਕਦੇ ਕੋਈ ਪ੍ਰੋਬਲਮ ਨਹੀਂ ਆਈ ਕਿ ਮੇਰਾ ਜਿਹੜਾ ਲੋਡ ਹੈ ਉਹ ਮੈਨੂੰ ਕਹਿ ਦੇਣ ਵੀ ਤੂੰ ਲੇਟ ਆਇਆ ਜਾਂ ਤੇਰਾ ਲੋਡ ਨਹੀਂ ਰੈਡੀ ਹੈਗਾ। ਮੋਸਟ ਆਫ 99.9% ਆਫ ਦਾ ਟਾਈਮ 'ਤੇ ਲੋਡ ਰੈਡੀ ਹੁੰਦਾ। ਈਵਨ ਬਾਰਡਰ ਦੇ ਉੱਪਰ ਵੀ ਜਦੋਂ ਆਪਾਂ ਬਾਰਡਰ ਕਰੋਸਿੰਗ ਕਰਨੀ ਹੁੰਦੀ ਆ ਉਹਦੇ ਉੱਪਰ ਵੀ ਜਾਂਦੇ ਹਾਂ, ਜਦੋਂ ਉਹਦੇ 'ਚ ਤੁਹਾਨੂੰ ਬਹੁਤ ਹਾਰਡ ਵਰਕਆਊਟ ਕਰ ਰਿਹਾ ਬਾਈ। ਅਤੇ ਹਾਂਜੀ, ਅਤੇ ਜਦੋਂ ਆਪਾਂ ਈਵਨ ਬਾਰਡਰ ਕਰੋਸਿੰਗ ਵੀ ਕਰਦੇ ਹਾਂ ਕਿ ਉਹਦੇ ਵਿੱਚ ਵੀ ਜਿਹੜੇ ਬਾਰਡਰ ਆਫਿਸਰ ਨੇ ਬਹੁਤ ਲੀਨੀਅੰਟ ਹੁੰਦੇ ਨੇ ਨਾ ਬਾਈਜ਼ਨ ਡਰਾਈਵਰਸ ਨਾਲ। ਇਹਦਾ ਆਈ ਥਿੰਕ ਚਲੋ ਬਾਈਜ਼ਨ ਦਾ ਮੈਂ ਕਹਿ ਰਿਹਾ ਹੈ ਨਾ, ਬਟ ਇਹ ਸਾਰੀਆਂ ਉਹ ਸਾਰੀਆਂ ਕੰਪਨੀਆਂ ਹੀ ਆ ਜਾਂਦੀਆਂ ਇਹਦੇ ਵਿੱਚ ਜਿਨ੍ਹਾਂ ਦਾ ਰੈਕਡ ਕਲੀਨ ਹੈ ਨਾ, ਕਿਉਂਕਿ ਤੁਹਾਨੂੰ ਪਤਾ ਹੀ ਆ ਕਰੋਸ ਬਾਰਡਰ ਬਹੁਤ ਕੁਛ ਹੁੰਦਾ ਹੈ, ਆਪਾਂ ਨਿਊਜ਼ ਦੇ ਵਿੱਚ ਦੇਖਦੇ ਰਹਿੰਦੇ ਹਾਂ ਨਾ ਕਿੰਨਾ ਕੁਛ ਹੋ ਰਿਹਾ। ਸੋ ਆਪਾਂ ਉਹ ਟੋਪਿਕ 'ਤੇ ਨਹੀਂ ਗੱਲ ਕਰਨੀ ਹੈਗੀ। ਸੋ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਮੈਟਰ ਕਰਦੀਆਂ ਨੇਗੀਆਂ। ਤੁਹਾਡਾ ਆਪਦਾ ਟਰੱਕ ਤੁਸੀਂ ਲੈ ਕੇ ਜਾਂਦੇ ਹੋ ਹੈ ਨਾ, ਤੁਹਾਡਾ ਜੇ ਤੁਹਾਡੇ ਉਹਨਾਂ ਨੂੰ ਥੋੜ੍ਹਾ ਬਹੁਤਾ ਵੀ ਸ਼ੱਕ ਹੋਵੇ, ਕੁਛ ਚੀਜ਼ਾਂ ਤੁਹਾਡੇ 'ਤੇ ਵੀ ਡਿਪੈਂਡ ਕਰਦੀਆਂ। ਓਨੈਸਟ ਤੁਸੀਂ ਕਲੇਮ ਕਰੋ ਹੈ ਨਾ, ਜੋ ਕੁਛ ਵੀ ਤੁਹਾਡੇ ਕੋਲ ਹੈਗਾ ਉਹ ਕਲੇਮ ਕਰ ਦਿਓ। ਆਫਿਸਰ ਨੂੰ ਦੱਸੋ ਵੀ ਆਫਿਸਰ ਮੇਰੇ ਕੋਲ ਆਹ ਚੀਜ਼ ਹੈਗੀ ਹੈ ਨਾ, ਇੱਦਾਂ ਨਹੀਂ ਹੈਗਾ ਕਿ ਤੁਹਾਨੂੰ ਉਹ ਕਹਿਣਗੇ ਤੂੰ ਆਹ ਕਾਹ ਤੋਂ ਲੈ ਕੇ ਆਇਆ। ਉਹ ਤੁਹਾਨੂੰ ਉਹ ਜਿਹੜੀ ਚੀਜ਼ ਨਹੀਂ ਅਲਾਊਡ ਹੋਏਗੀ ਨਾ US ਦੇ ਵਿੱਚ ਉਹ ਤੁਹਾਨੂੰ ਕਹਿਣੇ ਜੀ ਤੁਸੀਂ ਤੁਹਾਨੂੰ ਇਹ ਸਿੱਟਣੀ ਪੈਣੀ ਹੈ ਨਾ, ਜਾਂ ਤੁਸੀਂ ਇਹਨੂੰ ਛੱਡ ਕੇ ਜਾਓ ਇੱਥੇ, ਮਤਲਬ ਗਾਰਬੇਜ ਕਰਕੇ ਜਾਣੀ ਪਏਗੀ ਤੁਹਾਨੂੰ। ਫੋਰ ਐਗਜ਼ਾਮਪਲ ਕੋਈ ਵੀ ਲਾਈਕ ਔਰੇਂਜ ਟਾਈਪ ਟੇਸਟ ਨਾ, ਖੱਟੀ ਚੀਜ਼ ਕੋਈ ਵੀ ਉਹ ਅਲਾਊਡ ਨਹੀਂ ਹੈਗੀ, ਤੁਸੀਂ US ਦੇ ਵਿੱਚ ਲੈ ਕੇ ਨਹੀਂ ਜਾ ਸਕਦੇ ਕੈਨੇਡਾ ਤੋਂ। ਲਾਈਕ ਈਵਨ ਤੁਹਾਡੇ ਪਰਸਨਲ ਕੰਜ਼ਮਪਸ਼ਨ ਦੇ ਲਈ ਵੀ ਜਿਵੇਂ ਕਿ ਔਰੇਂਜਸ ਹੋ ਗਏ ਨਾ, ਤੁਸੀਂ ਨਹੀਂ ਲਿਜਾ ਸਕਦੇ ਹੈਗੇ। ਸੋ ਇਹੋ ਜਿਹੀਆਂ ਕੁਛ ਕੁ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਨਹੀਂ ਲੈ ਕੇ ਜਾ ਸਕਦੇ ਆਪਾਂ। ਸੋ ਇਹੀ ਆ ਵੀ ਵੱਡੀ ਕੰਪਨੀ ਆ ਤੁਸੀਂ ਜੋ ਕੰਮ ਕਰਦੇ ਤਾਂ ਬਹੁਤ ਰੇਅਰ ਹੋਏਗਾ ਤੁਹਾਨੂੰ ਹੈ ਨਾ ਇੰਸਪੈਕਸ਼ਨ ਦੇ ਲਈ ਵੀ ਪੁੱਲ ਕਰੇ ਬਾਰਡਰ ਐਕਸਰੇ ਵਗੈਰਾ। ਚਲੋ ਇਟਸ ਲਾਈਕ ਬਹੁਤ ਨੋਰਮਲ ਜੀ ਚੀਜ਼ ਹੈ ਨਾ, ਬਹੁਤ ਹੀ ਰੇਅਰ ਹੁੰਦਾ ਕਿ ਤੁਹਾਡੀ ਇੰਸਪੈਕਸ਼ਨ ਹੋਏਗੀ। ਇੰਸਪੈਕਸ਼ਨ ਉਹ ਇੰਸਪੈਕਸ਼ਨ ਡਿਫਰੈਂਟ ਨੇ ਜਿਹੜੀ ਕਿ ਮੈਂਡੇਟਰੀ ਇੰਸਪੈਕਸ਼ਨ ਹੁੰਦੀਆਂ ਨੇ ਹੈ ਨਾ, ਜੋ ਕਿ ਆਪਾਂ ਫੂਡ ਵਗੈਰਾ ਲੈ ਕੇ ਜਾਂਦੇ, ਕਈ ਵਾਰ ਮੀਟ ਇੰਸਪੈਕਸ਼ਨ, ਉਹ ਤਾਂ ਚਲੋ ਹੋਣੀਆਂ ਹੀ ਹੋਣੀਆਂ ਨੇ, ਉਹ ਤੁਸੀਂ ਕਿਤੇ ਨਹੀਂ ਉਹਨੂੰ ਜਿਹੜੀ ਮਰਜ਼ੀ ਕੰਪਨੀ ਦਾ ਕੰਮ ਕਰੋ ਉਹ ਤਾਂ ਹੋਣੀ ਹੋਣੀ ਹੈ। ਸੋ ਬਾਕੀ ਹੋਰ ਹੈਗੀ ਔਨ ਰੋਡ ਜਿਹੜੀ ਸਪੋਰਟ ਹੈ ਤੁਹਾਡੇ ਲਈ, ਤੁਹਾਡਾ ਕਿਤੇ ਟਰੱਕ ਖਰਾਬ ਹੋ ਜੇ, ਤੁਹਾਨੂੰ ਕੋਈ ਪ੍ਰੋਬਲਮ ਆ ਜੇ, ਕੰਪਨੀ ਤੁਹਾਡੇ ਨਾਲ ਸਟੈਂਡ ਆਊਟ ਕਰਦੀ ਹੈ ਨਾ, ਰਾਈਟ ਅਵੇ ਤੁਹਾਨੂੰ ਸਰਵਿਸ ਕਾਲ ਮਿਲ ਜਾਂਦੀ ਹੈਗੀ। ਸੋ ਇਹ ਸੀਗਾ ਜੀ, ਬਾਕੀ ਤੁਸੀਂ ਇਹੀ ਕੁਛ ਗਲਤੀਆਂ ਦਾ ਹੁੰਦਾ ਆਪਾਂ ਨੂੰ ਵੀ ਜਿਹੜੀਆਂ ਆਪਾਂ ਜਿਨ੍ਹਾਂ ਤੋਂ ਬਚਣ ਦੀ ਲੋੜ ਹੈ ਨਾ, ਆਪਣਾ CV ਕਲੀਨ ਰੱਖਣਾ ਬਹੁਤ ਜ਼ਰੂਰੀ ਹੈ। ਕਿਤੇ ਵੀ ਤੁਹਾਨੂੰ ਕੋਈ ਵੀ ਤੁਸੀਂ ਕੰਮ ਕਰਦੇ ਹੋ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਸੇਫ ਨਹੀਂ ਹੈ, ਤੁਹਾਨੂੰ ਉਹ ਕਹੇ ਕਿ ਬਾਈ ਤੇਰੀ ਤੁਹਾਡੀ ਬੁੱਕ ਮੁੱਕ ਗਿਆ, ਉਹ ਕਹੇ ਤੂੰ ਇੱਦਾਂ ਕਰ ELD ਨੂੰ ਕੱਢ ਪਰੇ ਅਤੇ ਤੂੰ ਚੱਕ ਕੇ ਪੇਪਰ ਲੌਗ ਬਣਾ ਕੇ ਆ ਜਾ ਹੈ ਨਾ, ਜਾਂ ਇੱਦਾਂ ਬਹੁਤ ਬਹੁਤ ਕੁਛ ਚੱਲਦਾ ਇੱਥੇ ਹੈ ਨਾ। ਤੁਸੀਂ ਜਦੋਂ ਇਸ ਦੇ ਵਿੱਚ ਆਉਂਦੇ ਹਾਂ ਆਪਾਂ ਇਹ ਚੀਜ਼ਾਂ ਆਪਾਂ ਨੂੰ ਉਦੋਂ ਹੀ ਪਤਾ ਲੱਗਦੀਆਂ ਨੇਗੀਆਂ। ਸੋ ਉਹ ਚੀਜ਼ਾਂ ਤੋਂ ਬੀਵੇਅਰ ਹੈ ਨਾ, ਆਪਦਾ ਹਮੇਸ਼ਾ ਆਪਦਾ ਧਿਆਨ ਰੱਖੋ ਵੀ ਕੋਈ ਇੱਦਾਂ ਦਾ ਨਾ ਹੋਵੇ ਕਿ ਜਿਹੜਾ ਤੁਹਾਨੂੰ ਕੀਤੀ ਕਿਸੇ ਗਲਤੀ ਦੀ ਸਜ਼ਾ ਤੁਹਾਨੂੰ ਭੁਗਤਣੀ ਪੈ ਜਾਵੇ। ਸੋ ਆਪਣਾ ਹੁਣ ਲੋੜ ਆਪਣਾ ਹੀ ਟ੍ਰੇਲਰ ਆਪਾਂ ਨੂੰ ਅੰਤਿਮ ਮਿਲ ਗਿਆ, ਹੁਣ ਆਪਾਂ ਚੱਲੇ ਹਾਂ ਵਾਪਸ ਯਾਰਡ ਦੇ ਵਿੱਚ। ਯਾਰਡ ਤੋਂ ਆਪਾਂ ਪਹੁੰਚ ਕੇ ਆਪਾਂ ਨੈਕਸਟ ਆਪਣਾ ਜਿਹੜਾ ਹੈਗਾ ਜੀ ਲੋੜ ਹੈਗਾ ਵਾਲਮਾਰਟ ਦੀ ਡਿਲੀਵਰੀ ਹੈ ਨਾ ਆਪਣੀ, ਨੌਰਥ ਸਾਈਡ ਵਾਲਮਾਰਟ ਜਾਣਾ ਆਪਾਂ, ਅਤੇ ਉੱਥੇ ਡਿਲੀਵਰੀ ਕਰਕੇ ਆਪਣਾ ਨੈਕਸਟ ਸਕੈਜੂਅਲ ਜੋ ਹੈਗਾ ਲੁਕਸ ਲਾਈਕ ਕਿ ਆਪਣੇ ਕੋਲ ਦੋਸਤ ਬਾਅਦ ਦੋ ਤਿੰਨ ਐਮਟੀ ਮੂਵਸ ਹੈਗੀਆਂ ਨੇ, ਤਿੰਨ ਐਮਟੀ ਟ੍ਰੇਲਰ ਆਪਾਂ ਯਾਰਡ ਦੇ ਵਿੱਚ ਛੱਡਣੇ, ਡਿਫਰੈਂਟ ਲੋਕੇਸ਼ਨਸ ਤੋਂ ਪਿੱਕ ਕਰਨੇ ਆ। ਉਸ ਤੋਂ ਬਾਅਦ ਫਿਰ ਦੈਨ ਅਗੇਨ ਬੈਕ ਟੂ ਕੋਸਕੋ। ਕੋਸਕੋ ਦੇ ਬਹੁਤ ਲੋੜ ਹੁੰਦਾ ਜੀ ਰਾਤ ਦੇ, ਬਿਕੋਜ਼ ਜਿਹੜੀ ਮੋਸਟਲੀ ਜਿਹੜੀ ਰਿਸੀਵਿੰਗ ਆ ਹੈ ਨਾ ਕੋਸਕੋ ਦੀ ਉਹ ਈਵਨਿੰਗਸ ਦੇ ਵਿੱਚ ਹੀ ਹੁੰਦੀ ਹੈ। ਸੋ ਬਸ ਹੁਣ ਆਪਾਂ ਚੱਲਦੇ ਹਾਂ ਜੀ ਯਾਰਡ ਦੇ ਵਿੱਚ, ਇਹਨੂੰ ਡਰੋਪ ਕਰੀਏ ਟ੍ਰੇਲਰ ਨੂੰ ਅਤੇ ਨੈਕਸਟ ਟ੍ਰੇਲਰ ਆਪਾਂ ਹੁੱਕ ਅਪ ਕਰਕੇ ਅਤੇ ਆਪਾਂ ਚੱਲਦੇ ਹਾਂ ਵਾਲਮਾਰਟ ਹੈ ਨਾ ਡਿਲੀਵਰੀ ਕਰੀਏ ਚੱਲ ਕੇ, ਅਤੇ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਯਾਰਡ ਦੇ ਵਿੱਚ ਹੈ ਨਾ। ਹਾਂਜੀ, ਸੋ ਆਪਾਂ ਪਹੁੰਚ ਗਏ ਜੀ ਵਾਲਮਾਰਟ, ਆਪਾਂ ਟਰੱਕ ਪਾਰ ਕਰਤਾ ਨਾ ਇੱਥੇ ਆਪਾਂ, ਕਿ ਉਹ ਬਾਈ ਆਪਾਂ ਤੋਂ ਪਹਿਲਾਂ ਆਇਆ ਹੈ ਨਾ ਅਤੇ ਉਹ ਡਿਲੀਵਰੀ ਹੋ ਰਹੀ ਹੈ, ਕਿਉਂਕਿ ਇਹਨਾਂ ਦਾ ਇੱਕ ਡੌਕ ਖਾਲੀ ਆ, ਉਹ ਰਿਸੀਵਿੰਗ ਦੀ ਯੂਜ਼ ਕਰ ਰਹੇ ਨੇ ਰਾਈਟ ਨਾਓ, ਅਤੇ ਬਾਈ ਦਾ ਰੀਫਰ ਦਾ ਲੋਡ ਆ। ਸੋ ਟਾਈਮ ਲੈ ਜਾਂਦਾ ਹੈ ਨਾ ਥੋੜ੍ਹਾ ਰੀਫਰ ਦੇ ਲੋਡ ਨੂੰ, ਐਸ ਸੂਨ ਐਸ ਬਾਈ ਦਾ ਲੋਡ ਡਨ ਹੋਊਗਾ ਫਿਰ ਆਪਾਂ ਜੋ ਬਾਈ ਤੁਰੂਗਾ ਆਪਾਂ ਉਦੋਂ ਪੇਪਰ ਵਰਕ ਦੇਖ ਕੇ ਆਵਾਂਗੇ ਅੰਦਰ ਹੈ ਨਾ, ਤਾਂ ਕਿ
ਚਲੋ ਆਪਾਂ ਨੂੰ ਕੋਈ ਰਸ਼ ਨਹੀਂ ਹੈਗਾ, ਆਪਾਂ ਲੋਕਲ ਹੈਗੇ ਹਾਂ ਨਾ। ਚਲੋ ਬਾਈ ਦੀ ਡਿਲੀਵਰੀ ਹੋ ਜੂ ਜਲਦੀ ਅਤੇ ਹੋਪਫੁਲੀ, ਅਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਉਹਦਾ ਡੋਰ ਡਾਕ ਬੈਗ। ਅਤੇ ਵਾਲਮਾਰਟ ਦਾ ਵੀ ਮਤਲਬ ਇੱਕ ਚੀਜ਼, ਵਾਲਮਾਰਟ ਦੇ ਡਿਲੀਵਰੀ ਦੀ ਵਧੀਆ ਹੈਗੀ ਕਿ ਇਹਨਾਂ ਦਾ ਕੋਈ ਫਿਕਸ ਅਪੁਆਇੰਟਮੈਂਟ ਨਹੀਂ ਹੁੰਦੀ, ਇਹਨਾਂ ਦਾ ਇੱਕ ਟਾਈਮ ਫਰੇਮ ਹੁੰਦਾ ਜਿਹਦੇ ਵਿੱਚ ਤੁਸੀਂ ਮਤਲਬ ਟਾਈਮ ਫਰੇਮ ਤੋਂ ਮਤਲਬ ਮੇਰਾ ਵੀ ਟਾਈਮ ਦੇ ਦਿੰਦੇ ਆ ਨਾ ਵੀ ਮੰਨ ਲਓ ਸ਼ਾਮ ਨੂੰ 5 ਤੋਂ ਰਾਤ ਦੇ 9 ਵਜੇ ਤੱਕ ਤੁਸੀਂ ਡਿਲੀਵਰੀ ਕਰ ਸਕਦੇ ਹੋ। ਸੋ ਆਪਾਂ ਬਸ ਆ ਕੇ ਉਹ ਮੇਕ ਸ਼ੋਰ ਕਰਨਾ ਹੁੰਦਾ ਵੀ ਆਪਾਂ ਉਹ ਟਾਈਮ ਦੇ ਵਿੱਚ ਆਪਾਂ ਪਹੁੰਚ ਕੇ ਡਿਲੀਵਰੀ ਕਰ ਦਈਏ। ਮੇਰਾ ਇੱਥੇ ਦਾ ਟਾਈਮ ਸੀਗਾ ਆਈ ਥਿੰਕ 10 ਵਜੇ ਦਾ ਹੈ ਨਾ, ਇੱਥੇ 10 ਵਜੇ ਤੱਕ ਮੈਂ ਡਿਲੀਵਰੀ ਕਰ ਸਕਦੇ, 9:30 ਹੋਏ ਆ। ਸੋ ਆਪਾਂ ਟਾਈਮ 'ਤੇ ਹੀ ਆ ਹੈ ਨਾ, ਆਪਾਂ ਚੈੱਕ ਇਨ ਕਰ ਦਈਏ ਮੈਂ ਸੋਚਦਾ ਹੈ ਨਾ, ਬਿਕੋਜ਼ ਉਦੋਂ ਬਾਅਦ ਫਿਰ ਲੇ ਮੈਂ ਕਹਿੰਦਾ ਤੁਸੀਂ ਲੇਟ ਆਏ ਹੋ ਹੈ ਨਾ। ਅਤੇ ਚਲੋ ਆਪਾਂ ਚੈੱਕ ਇਨ ਕਰਕੇ ਆਉਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਜਿੱਦਾਂ ਵੀ ਆਪਾਂ ਨੂੰ ਕਹਿਣਗੇ ਆਪਾਂ ਕਰਦੇ ਹਾਂ। ਅਤੇ ਲਓ ਜੀ ਚੈੱਕ ਇਨ ਹੋ ਗਿਆ, ਬਾਈ ਵੀ ਮੂਵ ਕਰ ਰਿਹਾ ਟਰੱਕ ਨਾ, ਉਹ ਡਨ ਆ। ਅਤੇ ਬਸ ਹੁਣ ਆਪਾਂ ਬੈਕ ਲਾ ਲੈਣੀ ਹੈ ਨਾ, ਅਤੇ ਅਜੇ ਬੈਕ ਲਾ ਕੇ ਫਿਰ ਆਪਾਂ ਕਰ ਦੇਣ ਗਾ। ਹਾਂਜੀ, ਸੋ ਆਪਾਂ ਡਿਲੀਵਰੀ ਹੋ ਗਈ ਹੈ ਜੀ। ਟਾਈਮ ਬਹੁਤ ਲੱਗ ਗਿਆ ਨਾ ਆਪਾਂ ਨੂੰ ਇਹਦੇ ਉੱਤੇ, ਕਿਉਂਕਿ ਫੁੱਲ ਟਰੱਕ ਲੋਡ ਸੀਗਾ। ਸੋ ਇੱਕ ਮੂਹਰੇ ਟਰੱਕ ਆ ਗਿਆ ਸੀ, ਸੋ ਅਰਾਊਂਡ 1.5 ਘੰਟਾ ਲੱਗ ਗਿਆ ਨਾ, 1.25 ਘੰਟਾ। ਆਪਾਂ ਹੁਣ ਜਾਣਾ, ਆਪਾਂ ਆਲਰੇਡੀ ਲੇਟ ਹੈ, ਇੱਥੇ ਇੱਕ ਅੱਧੀ ਮੂਵ ਸਕਿੱਪ ਕਰਨੀ ਪੈਣੀ ਹੈ ਆਪਾਂ ਨੂੰ, ਤਾਂ ਕਿ ਆਪਾਂ ਜਿਹੜੇ ਬਾਕੀ ਆਪਾਂ ਨੂੰ ਸਾਈਡ ਮੂਵਸ ਨੇ ਉਹ ਸਾਰੀਆਂ ਕਰ ਸਕੀਏ। ਸੋ ਆਪਾਂ ਦੇਖਦੇ ਹਾਂ ਡਿਸਪੈਚ ਨਾਲ ਗੱਲ ਕਰਕੇ ਨਾ ਕੀ ਕਹਿੰਦੇ ਆ ਉਹ। ਆਈ ਥਿੰਕ ਜਿਹੜੀ ਦੋ ਟ੍ਰੇਲਰ ਇੱਕੋ ਜਗ੍ਹਾ ਤੋਂ ਪਿੱਕ ਕਰਨਾ, ਸੋ ਮੇ ਬੀ ਉਹਦੇ 'ਚ ਇੱਕ ਹੀ ਕਰੀਏ ਆਪਾਂ, ਅਤੇ ਦੇਖਦੇ ਹਾਂ। ਕਿਉਂਕਿ 1 ਵਜੇ ਕੋਸਕੋ ਦਾ ਲੋਡ ਹੈ, ਉਹ ਵੀ ਜ਼ਰੂਰੀ ਹੈ ਨਾ, ਆਪਾਂ ਉਹ ਤਾਂ ਉਹ ਕਵਰ ਜ਼ਰੂਰ ਕਰਨਾ, ਬਾਕੀ ਜਿਹੜੇ ਐਮਟੀ ਮੂਵਸ ਨੇ ਉਹ ਮਿਸ ਕਰ ਸਕਦੇ ਹੁੰਦੇ ਆਪਾਂ। ਸੋ ਲੈਟ ਸੀ, ਅਤੇ ਆਪਾਂ ਹੁਣ ਚੱਲਦੇ ਹਾਂ ਯਾਰਡ ਦੇ ਵਿੱਚ, ਵਾਲਮਾਰਟ 'ਚ ਆਪਾਂ ਕਾਫੀ ਟਾਈਮ ਲੱਗ ਗਿਆ ਨਾ, ਸੋ ਆਪਾਂ ਇੱਥੋਂ ਡਾਨਾਂਗੇ, ਲੈਟਸ ਗੋ। ਹਾਂਜੀ, ਸੋ ਮਿੱਤਰੋ ਆਪਾਂ ਵਾਲਮਾਰਟ ਦਾ ਲੋਡ ਹੁੰਦਾ ਫਿਨਿਸ਼ ਕਰਕੇ, ਉਸ ਤੋਂ ਬਾਅਦ ਆਪਾਂ ਇੱਕ ਐਮਟੀ ਟ੍ਰੇਲਰ ਸੀ ਜਿਹੜਾ ਨਾ ਉਹ ਹੋਰ ਪਿੱਕ ਕਰ ਲਿਆ ਗਾ। ਹੁਣ ਆਪਣਾ ਨੈਕਸਟ ਜਿਹੜਾ ਲੋਡ ਹੈ, ਲਾਸਟ 2 ਲੋਡ ਨੇ ਨਾ ਆਪਣੇ, ਇਹ ਕੋਸਕੋ ਦੇ ਹੀ ਨੇ। ਸੋ ਆਪਾਂ ਇਹਨਾਂ 'ਤੇ ਆਪਾਂ ਜ਼ਿਆਦਾ ਵੀਡੀਓ ਨਹੀਂ ਬਣਾਉਣੀ ਹੈਗੀ ਹੈ ਨਾ, ਅਤੇ ਆਪਾਂ ਤੁਹਾਨੂੰ ਲਾਸਟ ਟਾਈਮ ਕੋਸਕੋ ਚੱਲਦੇ ਹਾਂ ਆਪਾਂ ਉੱਥੇ, ਅਤੇ ਇਸ ਵੀਡੀਓ ਦਾ ਨਾ ਮੈਂ ਇੱਕ ਹੋਰ ਪਾਰਟ ਬਣਾਊਂਗਾ ਹੈ ਨਾ, ਕਿਉਂਕਿ ਕਾਫੀ ਚੀਜ਼ਾਂ ਰਹਿ ਗਈਆਂ ਇਹਦੇ 'ਚ ਕਵਰ ਕਰਨ ਵਾਲੀਆਂ ਹੈ ਨਾ, ਕਿ ਹਾਇਰਿੰਗ ਪ੍ਰੋਸੈਸ ਹੈ ਕੀ ਅਸਲ ਦੇ ਵਿੱਚ ਹੈ ਨਾ, ਕਿੱਦਾਂ ਕਿੱਦਾਂ ਚੱਲਦਾ ਹੈ ਨਾ, ਕੀ ਕੀ ਸਟੈਪਸ ਆ ਉਹਦੇ ਦੇ ਵਿੱਚ, ਕਿਵੇਂ ਤੁਸੀਂ ਪ੍ਰੋਸੀਡ ਕਰਨਾ ਹੈ ਨਾ, ਅਤੇ ਕੁਝ ਇਨਫੋਰਮੇਸ਼ਨ ਜਿਹੜੀ ਉਹ ਮੰਗਦੇ ਨੇ ਹੈ ਨਾ, ਜੋ ਤੁਸੀਂ ਤੁਹਾਨੂੰ ਕਾਲ ਆਉਂਦੀ ਹੈਗੀ ਅਤੇ ਉਹ ਕੋਈ ਫਾਰਮ ਭੇਜਦੇ ਨੇਗੇ, ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ, ਪ੍ਰਾਈਸ ਉਹਨਾਂ ਵੀ ਕੀ ਆ ਉਹ ਪ੍ਰੋਸੈਸ, ਉਹਦੇ ਲਈ ਆਪਾਂ ਨੈਕਸਟ ਵੀਡੀਓ ਬਣਾਵਾਂਗੇ, ਅਤੇ ਤੁਸੀਂ ਨੈਕਸਟ ਵੀਡੀਓ ਜ਼ਰੂਰ ਦੇਖਿਓ। ਉਹਦੇ ਵਿੱਚ ਆਪਾਂ ਹੋਰ ਵੀ ਡਿਸਕਸ ਕਰਾਂਗੇ ਹੈ ਨਾ, ਵੀ ਕਿਸ ਮਤਲਬ ਇਹ ਤਾਂ ਆਪਾਂ ਜਨੈਰਿਕ ਹੀ ਗੱਲ ਕੀਤੀ ਸੀ ਨਾ ਇਹ ਬਾਈਜ਼ਨ ਬਾਰੇ, ਸੋਰੀ ਸਪੈਸ਼ਲ ਗੱਲ ਕੀਤੀ, ਨੋਟ ਜਨੈਰਿਕ, ਸਪੈਸ਼ਲ ਸਪੈਸ਼ਲਾਈਜ਼ਡ ਗੱਲ ਕੀਤੀ ਸੀ ਬਾਈਜ਼ਨ ਬਾਰੇ। ਬਟ ਜਿਹੜੀ ਨੈਕਸਟ ਵੀਡੀਓ ਹੋ ਗਈ ਉਹ 'ਚ ਆਪਾਂ ਗੱਲ ਕਰਾਂਗੇ ਵੀ ਜਿਹੜੀ ਕੋਈ ਵੀ ਲਾਈਕ ਮੇਜਰ ਕੈਰੀਅਰ ਆ ਹੈ ਨਾ, ਮੈਗਾ ਕੈਰੀਅਰ ਕਹਿ ਦਿੰਦੇ ਆਪਾਂ, ਜਿਹੜਾ ਵੀ ਮੈਗਾ ਕੈਰੀਅਰ ਆ ਉਹਦੇ ਵਿੱਚ ਅਪਲਾਈ ਕਰਨ ਦੇ ਲਈ ਤੁਹਾਨੂੰ ਕੀ ਰਿਕੁਆਇਰਮੈਂਟਸ, ਮੋਸਟਲੀ ਜਿਹੜੀਆਂ ਮੈਗਾ ਕੈਰੀਜ਼ ਹੈ ਕੈਰੀਅਰ ਹੈਗੇ ਨੇ ਉਹਨਾਂ ਦੀ ਮੈਜੋਰਟੀ ਆਫ ਦੈਮ ਦੀ ਕੀ ਰਿਕੁਆਇਰਮੈਂਟ, ਆਪਾਂ ਉਹ ਵੀ ਡਿਸਕਸ ਕਰਾਂਗੇ। ਅਤੇ ਤੁਸੀਂ ਮੈਂ ਆਪਣਾ ਥੋੜ੍ਹੀ ਇਨਫੋਰਮੇਸ਼ਨ ਵੀ ਸ਼ੇਅਰ ਕਰੂੰ, ਜੇ ਤੁਸੀਂ ਲਾਈਕ ਤੁਹਾਨੂੰ ਰੈਫਰਲ ਚਾਹੀਦਾ ਤਾਂ ਤੁਸੀਂ ਮੇਰਾ ਰੈਫਰਲ ਵੀ ਦੇ ਸਕਦੇ ਹੋ, ਪਰ ਮੈਂ ਪਹਿਲਾਂ ਹੀ ਦੱਸ ਦਿੰਦਾ ਨਾ ਸਾਨੂੰ ਰੈਫਰਲ ਦੇ ਬੋਨਸ ਮਿਲਦਾ ਹੈ ਨਾ। ਸੋ ਜੇ ਕੋਈ ਵੀ ਬੰਦਾ ਮੇਰੇ ਰੈਫਰਲ ਦੇ ਥਰੂ ਮੇਰੇ ਕੋਡ ਨੂੰ ਰੈਫਰ ਕਰਕੇ ਅਪਲਾਈ ਕਰਦਾ ਬਾਈਜ਼ਨ ਦੇ ਵਿੱਚ ਅਤੇ ਉਹ ਹਾਇਰ ਹੋ ਜਾਂਦਾ, ਅਤੇ ਮੈਨੂੰ ਨੋਟ ਸ਼ੋਰ ਆਈ ਥਿੰਕ 1500 ਡਾਲਰ ਹੈ, ਬਟ ਆਫਟਰ 3 ਮੰਥ ਹੈ ਨਾ ਉਹ ਕੰਪਲੀਟ ਕਰੇ ਆਪਦੀ ਜਿਹੜਾ ਪ੍ਰੋਬੇਸ਼ਨ ਪੀਰੀਅਡ ਜਿਹੜਾ ਉਹਨੂੰ ਕੰਪਲੀਟ ਕਰਦਾ ਉਦੋਂ ਮਿਲਦਾ, ਰਾਈਟ ਵੇ ਨਹੀਂ ਕਿਸੇ ਨੂੰ ਕੁਛ ਮਿਲਦਾ। ਸੋ ਤੁਹਾਡੇ ਲਈ ਇਹ ਈਜ਼ੀ ਹੋ ਜੂਗਾ ਕਿ ਤੁਸੀਂ ਮੇਰਾ ਰੈਫਰਲ ਕੋਡ ਯੂਜ਼ ਕਰਕੇ ਤੁਹਾਨੂੰ ਇੱਕ ਰੈਫਰੈਂਸ ਮਿਲ ਜਾਵੇਗੀ, ਬਟ ਜਸਟ ਲਾਈਕ ਫੋਰ ਹੈਗਾ, ਜਿਹੜਾ ਮੈਨੂੰ ਇੱਦਾਂ ਕੋਈ ਖਾਸ ਨਹੀਂ ਹੈ ਕਿਉਂਕਿ ਰੈਫਰਲ 'ਤੇ ਨਹੀਂ ਆਪਣੀ ਰੋਟੀ ਪਾਣੀ ਚੱਲਦੀ ਹੈਗੀ। ਸੋ ਬਟ ਸਟਿਲ ਮੈਂ ਮੈਨਸ਼ਨ ਕਰੂੰਗਾ ਹੈ ਨਾ, ਤਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ ਹੈ ਨਾ। ਅਤੇ ਬਾਕੀ ਜਿਹੜੀ ਵੀ ਇਨਫੋਰਮੇਸ਼ਨ ਹੋਰ ਕੋਈ ਮੈਨੂੰ ਲੱਗਿਆ ਜੇ ਮੈਂ ਮਿਸ ਕਰ ਗਿਆ ਫਸਟ ਪਾਰਟ ਦੇ ਰਿਲੇਟਡ, ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਛੱਡੂੰਗਾ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਜ਼ਰੂਰ ਲਾਈਕ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਆਪਾਂ ਹੋਰ ਵੀਡੀਓਜ਼ ਵੀ ਪਾਵਾਂਗੇ ਟਰੈਕਿੰਗ ਦੇ ਰਿਲੇਟਡ ਹੀ। ਥੋੜ੍ਹਾ ਬਹੁਤਾ ਇਨਫੋਰਮੇਸ਼ਨ ਮੈਂ ਸ਼ੇਅਰ ਕਰ ਦਾਂ, ਕਿਉਂਕਿ ਮੈਨੂੰ ਨਹੀਂ ਲੱਗਦਾ ਮੈਨੂੰ ਸਾਰਾ ਕੁਛ ਪਤਾ, ਪਰ ਜਿੰਨਾ ਕੁ ਮੈਨੂੰ ਪਤਾ ਮੈਂ ਸਾਰਾ ਸ਼ੇਅਰ ਕਰੂੰਗਾ ਨਾ ਤੁਹਾਡੇ ਨਾਲ।
ਤੇ ਚਲੋ ਫਿਰ ਆਪਾਂ ਵੀਡੀਓ ਨੂੰ ਕਰਦੇ ਹਾਂ ਨਾ ਐਂਡ, ਤੇ ਫਿਰ ਤੁਸੀਂ ਨੈਕਸਟ ਵੀਡੀਓ ਪਲੀਜ਼ ਜ਼ਰੂਰ ਵਾਚ ਕਰਿਓ ਅਤੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਜਿਹੜਾ ਬੈਲ ਨੋਟੀਫਿਕੇਸ਼ਨ ਜਿਹੜਾ ਬਟਨ ਹੈ ਪਲੀਜ਼ ਇਹਨੂੰ ਪ੍ਰੈਸ ਕਰ ਲਿਓ ਅਤੇ ਤਾਂ ਕਿ ਤੁਹਾਨੂੰ ਜਿਹੜੀ ਨੈਕਸਟ ਵੀਡੀਓ ਦੀ ਵੀ ਇਨਫੋਰਮੇਸ਼ਨ ਮਿਲ ਸਕੇ ਜਦੋਂ ਵੀ ਆਪਾਂ ਅਪਲੋਡ ਕਰਾਂਗੇ ਨਾ। ਓਕੇ ਜੀ, ਥੈਂਕ ਯੂ ਸੋ ਮੱਚ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖੀ ਆ, ਅਤੇ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ।